ਕਿਉਂਕਿ ਸਾਡਾ ਸਿਧਾਂਤ ਕਿ ਭੁੱਲਨ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ ਕਿ ਗੁਰੂ ਤੋਂ ਬਿਨਾ ਬਾਕੀ ਕਿਸੇ ਬੰਦੇ ਦੀ ਕਿੱਡੀ ਵੀ ਪ੍ਰਾਪਤੀ ਕਿਉਂ ਨਾ ਹੋਵੇ ਉਹਦੇ ਵਿੱਚ ਕੋਈ ਨਾ ਕੋਈ ਔਗਣਤਾ ਹੋਊਗੀ ਸੋ ਰੋਹਾਨੀ ਹਸਤੀਆਂ ਕੀ ਕਰਦੀਆਂ ਕਿ ਬੰਦੇ ਦੇ ਅੰਦਰ ਪਿਆ ਜੋ ਚਿੰਗਿਆਈ ਦਾ ਇਨਸਾਨੀਅਤ ਦਾ ਅੰਸ਼ ਹੈ ਉਸ ਨੂੰ ਪਰਫੁੱਲਤ ਕਰ ਦਿੰਦਿਆ ਜਾ ਕੇ ਆਪਣੀ ਸ਼ੋਹ ਦੇ ਨਾਲ ਜਜ਼ਬਾਤ ਝੜਕਾ ਕੇ ਨਹੀਂ ਉਹਦਾ ਪ੍ਰਭਾਵ ਵੀ ਇੰਨਾ ਪੈਂਦਾ ਇਹ ਹੁਣ ਅੱਜ ਗੱਲਾਂ ਸਾਨੂੰ ਉਪਰੀਆਂ ਲੱਗਦੀਆਂ ਕਿਉਂਕਿ ਸਾਨੂੰ ਦਿਸਦਾ ਕੋਈ ਨਹੀਂ ਇਹ ਜਹਾ ਬੰਦਾ ਵੀ ਆ ਕੇ ਬੋਲਿਆ ਹੋਵੇ ਤੇ ਇੱਕਦਮ ਲੋਕਾਂ ਦੇ ਉੱਤੇ ਪ੍ਰਭਾਵ ਛੱਡ ਗਿਆ ਹੋਵੇ ਤੇ ਲੋਕਾਂ ਦੇ ਮਨਾਂ ਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹਨੂੰ ਅਸੀਂ ਮਨੋਵਿਕਾਰ ਕਹਿੰਦੇ ਆ ਉਹ ਲੋਕ ਆਪਦੇ ਅੰਦਰ ਝਾਕਣ ਲੱਗ ਜਾਣ ਕਿ ਮੈਂ ਕੀ ਹਾਂ ਹੁਣ ਅਸੀਂ ਆਪਦੇ ਅੰਦਰ ਨਹੀਂ ਝਾਕ ਰਹੇ ਅਸੀਂ ਇੱਕ ਦੂਜੇ ਦੇ ਅੰਦਰ ਝਾਕ ਰਹੇ ਹਾਂ ਇੱਕ ਦੂਜੇ ਦੇ ਭੈੜ ਗਿਣਾ ਰਹੇ ਹਾਂ ਦੇਖ ਰਹੇ ਹਾਂ ਦੂਜੇ ਨੂੰ ਮਾੜਾ ਦਿਖਾ ਕੇ ਆਪ ਚੰਗਾ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਸਿੱਖੀ ਦਾ ਰਾਹ ਨਹੀਂ ਗੁਰਬਾਣੀ ਦੇ ਵਿੱਚ ਆਤਮ ਚੀਨਣ ਦਾ ਆਤਮ ਪਰਚੋਲ ਦਾ ਕਿੰਨੀ ਸਿੱਖਿਆ ਬਾਰ ਬਾਰ ਉਹਨਾਂ ਨੇ ਇਸ ਗੱਲ ਨੂੰ ਦੁਹਰਾਇਆ ਤਾਂ ਦਿਰੜ ਕਰਵਾਇਆ ਹੈ ਕਿ ਪਹਿਲਾਂ ਆਪ ਦੇਖੋ ਤੁਸੀਂ ਕੀ ਹੋ ਸੋ ਅੱਜ ਪੰਥ ਦੇ ਵਿੱਚ ਜਿਸ ਕਿਸਮ ਦੇ ਹਾਲਾਤ ਬਣੇ ਪਏ ਮੈਂ ਹੁਣੇ ਜਰਮਨੀ ਜਾ ਕੇ ਆਇਆ 15 ਦਿਨ ਮੈਂ ਉੱਥੇ ਲਾ ਕੇ ਆਇਆ ਤੁਸੀਂ ਸਾਰਿਆਂ ਨੇ ਖਬਰਾਂ ਪੜ੍ਹੀਆਂ ਦੇਖੀਆਂ ਕਿ ਕੀ ਕੁਝ ਵਾਪਰ ਰਿਹਾ ਹੈ ਪੰਥ ਦੇ ਵਿੱਚ ਵਿਚਾਰਾਂ ਦੇ ਬਖਰੇਵੇਂ ਹਮੇਸ਼ਾ ਹੀ ਰਹੇ ਨੇ ਤੇ ਰਹਿਣਗੇ ਇਹ ਹਾਲਾਤ ਕਦੇ ਵੀ ਨਹੀਂ ਹੋਣੇ ਕਿ ਸਾਰੇ ਬੰਦੇ ਇੱਕੋ ਹੀ ਤਰ੍ਹਾਂ ਸੋਚਣ ਲੱਗ ਜਾਣ ਵਿਚਾਰਾਂ ਦੇ ਬਖਰੇਵੇਂ ਰਹਿਣਗੇ ਸਾਨੂੰ ਗੁਰੂਆਂ ਨੇ ਇੱਕ ਸਲੀਕਾ ਇੱਕ ਤਹਜੀਬ ਸਿਖਾਈ ਸੀ ਕਿ ਵਿਚਾਰਾਂ ਦੇ ਜਦੋਂ ਬਖਰੇਵੇਂ ਹੋਣ ਤਾਂ ਅਸੀਂ ਕੀ ਕਰਨਾ ਉਹ ਕਿਵੇਂ ਹੱਲ ਕਰਨੇ ਕਿਸ ਭਾਵਨਾ ਨਾਲ ਬੈਠਣਾ ਕਿ ਕਿਸ ਕਿਸਮ ਦੀ ਅਸੀਂ ਇੱਕ ਦੂਜੇ ਨਾਲ ਬੋਲਣਾ ਹੈ ਕਿ ਕਿਵੇਂ ਉਹਨਾਂ ਉਹਨਾਂ ਤੋਂ ਅਸੀਂ ਅੱਗੇ ਵੱਧ ਕੇ ਏਕਤਾ ਹਾਸਲ ਕਰਨੀ ਹੈ ਆਪਸੀ ਸਾਰੇ ਬਖਰੇਮਿਆਂ ਨੂੰ ਸਾਹਮਣੇ ਵਿਚਾਰ ਕੇ ਕਿਉਂਕਿ ਉਦੋਂ ਵੀ ਤੁਹਾਨੂੰ ਪਤਾ ਹੈ ਕਿ ਕਿੰਨੇ ਗੁਰੂ ਸਹਿਬਾਨ ਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਹੀ ਹਮਲੇ ਹੋਏ ਸੀ ਝੂਠੇ ਗੁਰੂ ਝੂਠੀ ਬਾਣੀ ਝੂਠੇ ਦਾਵੇ ਪਖੰਡ ਸਭ ਕੁਝ ਸੀ ਉਹਦੋਂ ਪਰ ਸਾਨੂੰ ਦੇਖਣਾ ਉਹ ਕਿ ਗੁਰੂ ਸਾਹਿਬ ਦਾ ਰਵਈਆ ਉਹਨਾਂ ਨੇ ਉਹ ਉਹਨਾਂ ਮਸਲਿਆਂ ਨੂੰ ਕਿਵੇਂ ਹੱਲ ਕੀਤਾ ਕਿ ਕਿਤੇ ਕਿਤੇ ਕੋਈ ਵੀ ਗੁਰੂ ਸਾਹਿਬਾਨ ਤਲਖੀ ਚ ਆਇਆ ਦੂਜੇ ਦੀ ਬਦਮੀ ਬੇਲੋੜੀ ਨਿੰਦਿਆ ਕੀਤੀ ਕਿਤੇ ਕਿੰਨੇ ਪਿਆਰ ਤੇ ਠੰਮੇ ਨਾਲ ਵਿਰੋਧਾਂ ਨੂੰ ਝੱਲਿਆ ਤੇ ਆਪਣੀ ਗੱਲ ਰੱਖੀ ਸੋ ਸਾਡੇ ਚ ਜਿਹੜਾ ਇਹ ਮਾਦਾ ਹੁਣ ਖਤਮ ਹੁੰਦਾ ਜਾ ਰਿਹਾ ਸਹਿਨਸ਼ੀਲਤਾ ਦਾ ਕਿ ਦੂਜੇ ਦੇ ਜਿਹੜੇ ਵਿਚਾਰ ਉਹ ਇੰਨੇ ਗਲਤ ਲੱਗਣ ਲੱਗ ਜਾਣ ਆਪਦੇ ਵਿਚਾਰ ਇੰਨੇ ਸਹੀ ਲੱਗਣ ਲੱਗ ਜਾਣ ਇਹ ਇਹ ਸਿੱਖ ਦਾ ਗੁਣ ਨਹੀਂ ਮੈਂ ਜੇ ਚਾਰ ਕਿਤਾਬਾਂ ਲਿਖਤੀਆਂ ਸਟੇਜ ਤੇ ਬੋਲਣਾ ਆ ਗਿਆ ਲੋਕ ਸੁਣਨ ਲੱਗ ਗਏ ਤੇ ਮੈਂ ਇਹ ਸੋਚਣ ਲੱਗ ਜਾਾਂ ਕਿ ਮੈਂ ਤਾਂ ਗਲਤ ਹੋ ਹੀ ਨਹੀਂ ਸਕਦਾ ਮੈਨੂੰ ਸਭ ਕੁਝ ਦਾ ਪਤਾ ਲੱਗ ਗਿਆ ਇਸ ਕਰਕੇ ਜਿਹੜਾ ਮੇਰੇ ਵਿਚਾਰਾਂ ਨਾਲ ਨਹੀਂ ਸਹਿਮਤ ਉਹ ਅਗਿਆਨੀ ਆ ਜਾਂ ਮੂਰਖ ਹੈ ਜਾਂ ਬੇਈਮਾਨ ਹੈ ਜਾਂ ਦੁਸ਼ਮਣ ਹੈ ਮੈਨੂੰ ਇਸ ਤਰ੍ਹਾਂ ਦੀਆਂ ਲਕੀਰਾਂ ਖਿੱਚ ਲੈਣੀਆਂ ਸੁ ਜਿੱਥੇ ਹਲੀਮੀ ਸਾਨੂੰ ਸਿਖਾਈ ਹੈ ਗੁਰੂ ਸਾਹਿਬ ਨੇ ਹਲੀਮੀ ਕਿਵੇਂ ਆਉਂਦੀ ਆ ਬੰਦੇ 'ਚ ਹਲੀਮੀ ਉਦੋਂ ਆਉਂ ਜਦੋਂ ਤੁਹਾਨੂੰ ਤੁਹਾਡੇ ਆਪ ਦੇ ਆਪ ਬਾਰੇ ਵੀ ਮਨ 'ਚ ਥੋੜਾ ਸ਼ੱਕ ਖੜਾ ਹੋ ਸੈਲਫ ਡਾਊਟ ਜਿਹਨੂੰ ਅਸੀਂ ਕਹਿੰਦੇ ਆ ਕਿ ਠੀਕ ਹੈ ਮੈਨੂੰ ਬਹੁਤ ਗੱਲਾਂ ਦਾ ਪਤਾ ਹੈ ਪਰ ਹੋ ਸਕਦਾ ਮੈਨੂੰ ਬਹੁਤ ਅਜੇ ਗੱਲਾਂ ਦਾ ਨਾ ਪਤਾ ਹੋਵੇ ਹੋ ਵੀ ਸਕਦਾ ਹੁੰਦਾ ਹੀ ਆ ਇਹ ਗਿਆਨ ਦਾ ਤਾਂ ਕੋਈ ਅੰਤ ਹੀ ਨਹੀਂ ਜਿੰਨਾ ਤੁਸੀਂ ਸਿੱਖੀ ਜਾਓਗੇ ਉਹਨਾਂ ਤੋਂ ਤੁਹਾਨੂੰ ਸੋ ਕੋ ਵੱਧ ਪਤਾ ਲੱਗੂ ਕਿ ਮੈਨੂੰ ਕਿੰਨਾ ਘੱਟ ਪਤਾ ਹੈ ਅਗਿਆਨੀ ਬੰਦਾ ਹੀ ਸੰਤੁਸ਼ਟ ਹੁੰਦਾ ਕਿ ਮੈਨੂੰ ਕਿੰਨਾ ਪਤਾ ਹੈ ਜਦੋਂ ਤੁਹਾਨੂੰ ਗਿਆਨ ਹੋਣ ਲੱਗ ਗਿਆ ਫਿਰ ਤੁਹਾਨੂੰ ਇਹ ਪਤਾ ਲੱਗਣ ਲੱਗ ਜਾਂਦਾ ਕਿ ਅਜੇ ਮੈਨੂੰ ਕਿੰਨਾ ਘੱਟ ਪਤਾ ਤੇ ਗਿਆਨ ਦਾ ਕੋਈ ਅੰਤ ਨਹੀਂ ਉਹ ਤਾਂ ਬੜੀ ਦੂਰ ਦੀਆਂ ਗੱਲਾਂ। ਇਸ ਕਰਕੇ ਫਿਰ ਤੁਹਾਡਾ ਦੂਜਿਆਂ ਪ੍ਰਤੀ ਜਿਹੜਾ ਰਵਈਆ ਉਹ ਹੰਕਾਰ ਤੇ ਹਉਮੈ ਵਾਲਾ ਨਹੀਂ ਹੋਊ ਉਹ ਚ ਤਲਖੀ ਨਹੀਂ ਹੋਊ ਚ ਹਲੀਮੀ ਆਊਗੀ। ਕਿ ਸੁਣੀਏ ਕਿਸ ਕਹੀਏ ਉਹ ਤਹਿਜੀਬ ਆਊ ਗੱਲ ਕਰਨ ਦੀ। ਅੱਜ ਜਿਹੜੀਆਂ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਕਿ ਰੱਖ ਲੋ ਟਾਈਮ ਜਿੱਥੇ ਮਰਜੀ ਸਾਡੇ ਨਾਲ ਬਹਿਸ ਕਰਕੇ ਦਿਖਾਓ। ਸਿੱਖੀ ਵਿੱਚ ਇਸ ਦੀ ਕੋਈ ਜਗ੍ਹਾ ਨਹੀਂ ਇਹ ਹੰਕਰ ਚੋਂ ਨਿਕਲਦੀਆਂ ਹਉਮੈ ਚੋਂ ਹੰਕਾਰ ਚੋਂ ਤੇ ਅਗਿਆਨਤਾ ਚੋਂ ਨਿਕਲਦੀਆਂ ਹੈ ਕੋਈ ਵੀ ਗਿਆਨਵਾਨ ਬੰਦਾ ਦੂਜੇ ਨੂੰ ਇਸ ਤਰ੍ਹਾਂ ਚੁਣੌਤੀਆਂ ਨਹੀਂ ਦੇਊਗਾ